प्रशासन ते सरकारा वल्लों हमेशा पाबंदियां लगाईयां जांदियां कि खेतां विच जिहड़ी पराली हैगी उहनूं अग ना लाई जावे, जिस करके जिथे मनुखी जीवन दे विच काफ़ी इफेक्ट पैंदा उत्थे जिहड़ा वी वातावरण वी जिहड़ा उह दूषित हुंदा दिखाई दिंदा वी, जिस करके वी प्रशासन ते सरकारा कहिंदियां वी जिहड़ी पराली नूं अग ना लाई जावे। लेकिन अज तुहानूं इक असीं ऐसे किसान दे नाल मिलाने आ जिहड़े पिछले कुछ सालां तों भी ये पराली नूं अग लाने की बजाय वह जमीन के विच ही जिहड़ा उहनूं नष्ट करदा, भी उहदे की नुकसान जां की फायदे हुंदे आ ये इन्हां को समझण की कोशिश करांगे, क्योंकि ज़्यादातर किसान ये कहिंदे आ भी साडा जिहड़ा सरदा नहीं बिना अग लाए, इस करके असीं मजबूरन जिहड़ा खेतां विच पराली नूं अग लाने आ, जिस करके भी ये मतलब कि सानूं होर कोई भी जिहड़ी आ सहूलतां जिहड़ियां सरकार वल्लों प्रोवाइड नहीं कीतियां जांदियां। हुण असीं किसान तों ही जाणदे आ भी आखिर वो की मतलब कि उन्होंने काफ़ी देर तो जी अपनी जमीन के अग जी पराली नहीं लाई तो फिर वो किमें सरवाइव करते हैं। लालजीत एक किसान है चौक हरियर के किसान दसे जा रहे भी इन्होंने गलबात करते हैं। सत श्रीकाल भाई जी। सत श्रीकाल जी। भाई जी पहला तो अभी थोड़े को जानते हैं भी थोड़ी जमीन कितनी है जी? अपने को जमीन हैगी 30 से 35 किले 35 किले। ਤੁਸੀਂ ਪਰਾਲੀ ਨੂੰ ਜਿਵੇਂ ਸਰਕਾਰਾਂ ਕਹਿੰਦੀ ਆ ਵੀ ਪਰਾਲੀ ਨੂੰ ਅੱਗ ਨਾ ਲਾਈ ਨਾ ਲਾਓ, ਤੇ ਤੁਸੀਂ ਕਿੰਨੀ ਕੁ ਦੇਰ ਹੋ ਗਈ ਆ ਵੀ ਇਸ ਤਰ੍ਹਾਂ? ਸਾਨੂੰ ਜੀ ਆ 3 ਸਾਲ ਹੋ ਚੱਲੇ, 3 ਸਾਲ ਹੋ ਚੱਲੇ ਆ ਅੱਗ ਨਹੀਂ ਲਾਈ ਅਸੀਂ, ਵੀ ਐਵੇਂ ਗੱਠਾਂ 'ਚ ਚੁਕਾਉਣੇ ਆ ਅਤੇ ਇਹਨੂੰ ਇਸੇ ਤਰ੍ਹਾਂ ਹੀ ਹੋਣੇ ਆ। ਫਿਰ ਕਿਵੇਂ ਬਾਕੀ ਕਿਸਾਨ ਤਾਂ ਕਹਿੰਦੇ ਵੀ ਸਾਡਾ ਉਸ ਤੋਂ ਬਗੈਰ ਨਹੀਂ ਸਰਦਾ, ਫਿਰ ਤੁਹਾਡਾ ਕਿਵੇਂ ਸਰਦਾ ਵੀ ਬਿਨਾਂ ਅੱਗ ਲਾਏ? ਸਾਨੂੰ ਵੀ ਮਜਬੂਰਨ ਹੀ ਇਹ ਕਰਨਾ ਪੈਂਦਾ ਸਾਰਾ ਕੁਛ, ਕਿਉਂਕਿ ਸਰਕਾਰ ਦੀਆਂ ਹਦਾਇਤਾਂ ਇੱਕ ਮੇਨ ਰੋਡ ਦੇ ਉੱਤੇ ਆ ਅਤੇ ਇਸ ਕਰਕੇ ਸਾਨੂੰ ਮਜਬੂਰ ਨੇ ਕੰਮ ਕਰਨਾ ਪੈਂਦਾ ਅਤੇ ਔਖਾ ਬਹੁਤ ਆ ਜੀ। ਕੀ ਮੁਸ਼ਕਲ ਆਉਂਦੀਆਂ ਵੀ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਅੱਗ ਲਾਈ ਜਾਵੇ ਅਤੇ ਉਹਦੇ 'ਚ ਕੀ ਫਾਇਦਾ ਹੁੰਦਾ ਜਾਂ ਨੁਕਸਾਨ ਹੁੰਦਾ, ਅਤੇ ਜੇ ਨਹੀਂ ਲਾਉਂਦੇ ਤਾਂ ਕੀ ਫਾਇਦਾ ਹੁੰਦਾ? ਇਹ ਜੀ ਜੇ ਆਪਾਂ ਅੱਗ ਨਹੀਂ ਲਾਉਂਦੇ ਤਾਂ ਝੋਨੇ 'ਤੇ ਵੀ ਅਸਰ ਪੈਂਦਾ, ਝਾੜ ਦਾ ਅਤੇ ਕਣਕ 'ਤੇ ਵੀ ਅਸਰ ਪੈਂਦਾ, ਕਿਉਂਕਿ ਜਿਹੜੀ ਇਹਦੇ ਵਿੱਚ ਸਵਾਹ ਉਹ ਵੀ ਇੱਕ ਖਾਦ ਦਾ ਕੰਮ ਹੀ ਕਰਦੀ, ਖਾਦ ਦਾ ਕੰਮ ਹੀ ਕਰਦੀ। ਕਿੰਨੇ ਕੁ ਇੱਕ ਕਿੱਲੇ ਮਗਰ ਜਿਹੜਾ ਨੁਕਸਾਨ ਜਿਹੜਾ ਹੁੰਦਾ? 5 ਤੋਂ 7 ਮਣ ਕਣਕ ਦਾ ਅਤੇ 10 ਤੋਂ 15 ਮਣ ਝੋਨੇ ਨੁਕਸਾਨ ਹੋ ਜੀ। ਨੁਕਸਾਨ ਹੋ ਜੀ। ਫਿਰ ਤੁਹਾਡਾ ਮਨ ਨਹੀਂ ਕਰਦਾ ਜੀ ਮਤਲਬ ਕਿ ਅਸੀਂ ਵੀ ਮਤਲਬ ਪਰਾਲੀ ਨੂੰ ਅੱਗ ਲਾਈਏ, ਕਿਉਂਕਿ ਕਾਫੀ ਇੰਨਾ ਨੁਕਸਾਨ ਜਿਹੜਾ ਤੁਹਾਨੂੰ ਝੇਲਣਾ ਪੈ ਰਿਹਾ? ਮਨ ਤਾਂ ਕਰਦਾ ਜੀ ਅੱਗ ਲਾਉਣ ਨੂੰ, ਪਰ ਕੀ ਕਰੀਏ ਹੁਣ, ਫਿਰ ਸਰਕਾਰ ਦੀਆਂ ਹਦਾਇਤਾਂ ਕਰਕੇ ਹੀ ਸਾਰਾ ਕੁਛ ਕਰਨਾ ਪੈਂਦਾ, ਅਤੇ ਹੁਣ ਸਰਕਾਰ ਨੂੰ ਇਹ ਪਰਾਲੀ ਦਾ ਧੂੰਆਂ ਤਾਂ ਦੀਂਦਾ ਜੀ, ਅਤੇ ਜਿਹੜਾ ਹੁਣ ਵੱਡੀਆਂ ਵੱਡੀਆਂ ਫੈਕਟਰੀਆਂ ਇੰਡਸਟਰੀਆਂ ਉਹਨਾਂ ਦਾ ਧੂੰਆਂ ਜਮਾਂ ਨਹੀਂ ਦੀਂਦਾ, ਉਵੇਂ ਸਰਕਾਰ ਉਹਨਾਂ ਦੇ ਆਸਰੇ ਤਾਂ ਸੁੱਤੀ ਪਈ ਆ, ਅਤੇ ਜਦੋਂ ਕਿਸਾਨ ਦਾ ਟਾਈਮ ਆਉਂਦਾ ਉਦੋਂ ਸਰਕਾਰ ਜਾਗ ਪੈਂਦੀ ਹੈ ਜੀ, ਇਹ ਗੱਲ ਆ। ਕੀ ਮਤਲਬ ਜਿਹੜੇ ਛੋਟੇ ਕਿਸਾਨ ਹੈ ਉਹਨਾਂ 'ਚ ਕੀ ਫਰਕ ਪੈਂਦਾ, ਅਤੇ ਜੇ ਤੁਸੀਂ ਤਾਂ 30-35 ਜਿਹੜਾ ਏਕੜ ਹੈਗੀ ਤੁਹਾਡੇ ਕੋਲ ਜ਼ਮੀਨ, ਚਲੋ ਤੁਸੀਂ ਕਹਿੰਦੇ ਵੀ ਅਸੀਂ ਨੁਕਸਾਨ ਜਿਹੜਾ 40 ਦਾ, ਕੀ ਬਾਕੀ ਕਿਸਾਨਾਂ ਯਾਨੀ ਸ਼ਮਤਾ ਹੁੰਦੀ ਹੈ ਵੀ ਉਹ ਨੁਕਸਾਨ 40? ਨਹੀਂ, ਉਹ ਕਿਸਾਨ ਵਿਚਾਰੇ ਤਾਂ ਬਹੁਤ ਦੁਖੀ ਆ, ਕਿਉਂਕਿ ਨਾ ਤਾਂ ਉਹਨਾਂ ਕੋਲ ਕੋਈ ਵੱਡੇ ਸੰਦ ਆ, ਨਾ ਵੱਡੇ ਟਰੈਕਟਰ ਆ, ਉਹ ਵੀ ਕਿਸੇ ਤੋਂ ਮੰਗ ਕੇ ਉਹਨਾਂ ਨੇ ਵਿਚਾਰਿਆਂ ਨੇ ਟਰੈਕਟਰ ਲੈ ਕੇ ਕਿਸੇ ਦੀਆਂ ਮਿੰਨਤਾਂ ਕਰਕੇ ਤਵੀਆਂ ਲੈ ਕੇ 2-4 ਕਿੱਲਿਆਂ ਲੈ ਬਾਈ ਕਰਦੇ ਆ, ਉਹਨਾਂ ਨੂੰ ਬਹੁਤ ਔਖਾ ਜੀ, ਬਹੁਤ ਜ਼ਿਆਦਾ। ਜਦੋਂ ਅੱਗ ਨਹੀਂ ਲਗਾਉਂਦੇ ਤਾਂ ਉਸ ਤੋਂ ਬਾਅਦ ਜਦੋਂ ਜ਼ਮੀਨ ਨੂੰ ਵਾਹੁੰਦੇ ਹੋ ਸਾਨੂੰ ਦੱਸੋਗੇ ਕਿਸ ਤਰ੍ਹਾਂ ਸਾਰਾ ਸਿਸਟਮ ਜਾ ਉਹ ਵਾਹੁਣ ਦਾ ਤਰੀਕਾ ਤੁਸੀਂ ਬਣਾਉਂਦੇ? ਵਾਹੁਣ ਦਾ ਤਰੀਕਾ ਇਹ ਹੈ ਜੀ ਵੀ ਹਿਸਾਬ ਲਾ ਲਓ, ਜਿੱਥੇ ਦਾ 2 ਵਾਰੀ ਵਾਹਿਆ ਸਰਦਾ ਇਹਨੂੰ 4 ਵਾਰੀ ਵਾਹੁਣਾ ਪੈਂਦਾ, 2 ਵਾਰੀ ਤਾਂ ਤਵੀਆਂ ਨਾਲ, ਅਤੇ ਫਿਰ ਮੁੜ ਕੇ ਰੂਟਾਵੀਟਰ, ਫਿਰ 2 ਕਲਟੀਵੇਟਰਾਂ ਦੀ, ਫਿਰ ਚਲੋ ਜਿਹੜਾ ਆਮ ਪ੍ਰੋਸੈਸ ਕਰਦੇ ਹਾਂ ਸੁਹਾਗਾ ਉਹ ਤਾਂ ਮਾਰਨਾ ਹੀ ਪੈਂਦਾ, ਯਾਨੀ ਕਿ ਵਾਹੁਣ ਦਾ ਖਰਚਾ ਵੱਧ ਜਾਂਦਾ। ਤੁਹਾਡੇ ਕੋਲ ਹੈਗੇ ਜੀ ਜਿਹੜੇ ਸਾਧਨ ਤੁਸੀਂ ਦੱਸੇ, ਸਾਰੇ ਸਾਧਨ ਮੌਜੂਦ ਆ ਜਾਂ ਕਿਰਾਏ 'ਤੇ ਤੁਸੀਂ ਵੀ ਲੈਂਦੇ ਹੋ? ਨਹੀਂ, ਸਾਨੂੰ ਤਾਂ ਮੌਜੂਦ ਆ, ਸਾਡੇ ਕੋਲ ਤਾਂ ਮੌਜੂਦ ਆ ਸਾਡੇ ਕੋਲ। ਫਿਰ ਕੀ ਮਤਲਬ ਕਿ ਆਪਾਂ ਸੋਚ ਰੱਖਦੇ ਹਾਂ ਵੀ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਵੀ ਮਤਲਬ ਤੁਹਾਡੇ ਵਾਂਗੂ ਜੇ ਬਾਕੀ ਵੀ ਜਿਹੜੇ ਪਰਾਲੀ ਨੂੰ ਅੱਗ ਨਾ ਲਾਉਣ, ਕਿਉਂਕਿ ਵਾਤਾਵਰਨ ਜਿਹੜਾ ਖਰਾਬ ਨਾ ਹੋਵੇ, ਮਤਲਬ ਮਨੁੱਖੀ ਜ਼ਿੰਦਗੀ 'ਤੇ ਵੀ ਅਸਰ ਨਾ ਪਵੇ? ਇਹ ਤਾਂ ਜੀ ਜਿਹੜੇ ਜੇ ਇਹੀ ਕੰਮ ਕਰਾਉਣਾ ਸਰਕਾਰ ਨੇ, ਅਤੇ ਜੋ ਵੀ ਗਰੀਬ ਤਬਕਾ ਵਿਚਾਰੇ ਛੋਟੇ ਜ਼ਿਮੀਂਦਾਰ ਆ ਉਹਨਾਂ ਨੂੰ ਕੋਈ ਨਾ ਕੋਈ ਹੈਲਪ ਜ਼ਰੂਰ ਦੇਣੀ ਚਾਹੀਦੀ, ਜਿਵੇਂ ਕੋਈ ਡੀਜ਼ਲ ਦੀ ਅਤੇ ਕੋਈ ਚੰਗੇ ਸੰਦ ਆਏ ਹੋਣ ਸੁਸਾਇਟੀ 'ਚ, ਟਰੈਕਟਰ ਵੱਡੇ ਹੋਣ, ਸੰਦ ਵੱਡੇ ਹੋਣ ਆਏ ਹੋਣ, ਅਤੇ ਉਹ ਆਪਦਾ ਵੀ ਜਿਹੜਾ ਛੋਟਾ ਕਿਸਾਨ ਵੀ ਆ ਉਹ ਵੀ ਆਪਦਾ ਪੁੱਤਾ ਪੂਰਾ ਕਰ ਸਕੇ। ਸਰਕਾਰਾਂ ਦਾ ਦਾਅਵੇ ਕਰਦੀਆਂ ਵੀ ਅਸੀਂ ਸਬਸਿਡੀਆਂ ਦਿੰਦੇ ਹਾਂ, ਸਾਧਨ ਵੀ ਮਤਲਬ ਉਪਲਬਧ ਕਰਾਉਂਦੇ ਹਾਂ ਸਾਰੇ ਜਿਹੜੇ ਵੀ ਇਹਦੇ 'ਤੇ ਵਰਤੋਂ ਹੁੰਦੇ ਆ, ਅਤੇ ਲੇਕਿਨ ਉਸ ਦੇ ਬਾਵਜੂਦ ਵੀ ਫਿਰ ਕਿਉਂ ਮਤਲਬ ਲੋਕ ਨਹੀਂ ਵਰਤਦੇ, ਕਿਸਾਨ ਕਿਉਂ ਨਹੀਂ ਵਰਤਦੇ? ਨਹੀਂ ਜੀ, ਕਈਆਂ ਪਿੰਡਾਂ 'ਚ ਤਾਂ ਹੈ ਆਏ ਆ, ਪਰ ਆਪਣੇ ਪਿੰਡ 'ਚ ਇਹ ਆ ਵੀ ਰੂਟਾਵੀਟਰ ਵਗੈਰਾ ਅਤੇ ਇਹ ਜਿਹੀਆਂ ਚੀਜ਼ਾਂ ਹੈਗੀਆਂ, ਪਰ ਟਰੈਕਟਰ ਦਾ ਸਾਧਨ ਹੈ ਨਹੀਂ ਕੋਈ, ਟਰੈਕਟਰ ਛੋਟੇ ਕਿਸਾਨਾਂ ਕੋਲ ਛੋਟੇ ਟਰੈਕਟਰ ਆ, ਛੋਟੇ ਟਰੈਕਟਰ ਇਹ ਕੰਮ ਕਰ ਹੀ ਨਹੀਂ ਸਕਦੇ।
की मतलब हम तुसी की कहना चाहोगे वो किसानों भी जेडे किसान पराली नूं अग लांदे आ क्योंकि आपां वातावरण नूं भी बचाना है ठीक है मतलब आपां मनुखी जिंदगियां नूं भी मतलब बचाना क्योंकि साह दी जिहड़ी आ काफ़ी जिहड़ियां मुश्किलां आउंदियां ने उहनूं बचाण वास्ते आपां की मतलब की आपां एक मैसेज देना चाहवांगे। मैं तां मैसेज चलो सरकार दे नाल भी ठीक है भी वातावरण तां दुष्ट हुंदा ही हुंदा है पर मैं ये दोबारा फिर रिपीट करना चाहुंदा है भी जो इंडस्ट्रियां वड्डियां वड्डियां उहनां दा धुआं वो सरकार नूं दींदा नहीं चाहिए वह भी बंद कराउण कि नहीं तो फिर ये तो बराबर रख सारे काम हम तुम कि मतलब अपना नुकसान झेलते हो कि लगता भी हम तुम इन्नी क्षमता हैगी है कि जी नुकसान जरा तो लगातार हो रहा क्योंकि कई बार होंगे ना भी जब कोई साल नुकसान हों तो फिर किसान कहता भी नहीं यार हम तो बहुत नुकसान झेल लिया हूँ दोबारा आप उस गलते आइए। नुकसान तो जी है ही है नुकसान तो देखो तुम पहले भी दस गया टाइम भी पांच मन सत्त मन किला कणक दस पंद्रह मन कण झोने का फर्क पैंदा ही पैंदा तो भी मजबूर ने यह काम सानू करना पैंदा जिहड़ा भी आ अपने अग लाउण तो बिना कि जे ऐं नुकसान हुंदा रहा तो फिर किसान फिर उस दुबारा फिर उत्थे आउणा पऊगा। तुसीं अपना मन पक्का कर लिया भी हुण मतलब कि अभी वातावरण खराब नहीं करन देना मनुखी जीवन दे प्रभाव। हाँ जी हाँ जी आपां पक्का मन कर आपां तां फिर चलो चली जांदा चल आ सतगुरु महाराज दी मेहर आ तो उस ने देना जी उस ने करना यह भी जरूरी आ चलो नहीं लाउंदे पराली नूं अग नहीं लाउंदे नहीं लाउंदे कि देख सकते साडे नाल जिहड़े किसान मौजूद है तुहानूं असीं उहनां दी जमीन दिखाने आ पहलां भी ये जमीन है भी जिथे उन्होंने काफ़ी लंबे समय तो पराली नूं अग नहीं लाई तो उस तो बाद भी बावजूद भी ये जिहड़ी वाही करदे दिखाई दे रहे ठीक है भी जिहड़ी वाही करन दा जिहड़ा खर्चा कहिंदे आ भी डबल हो जांदा नुकसान हुंदा झाड़ भी घटदा लेकिन इहनां किसान दे कोल 30 तो 35 एकड़ तो ज़्यादा जिहड़ी जमीन है जिस करके उन्हां नूं काफ़ी मुश्किल का सामना नहीं करना पैंदा लेकिन उन्हां दा यह भी दसना भी जिहड़े छोटे किसान है वह मजबूर ने क्योंकि उन्होंने मजबूरन जिहड़ी है भी पराली नूं अग लाउणी पैंदी क्योंकि उन्हां कोई साधन जिहड़े आ इन्ने मौजूद नहीं हुंदे जिस करके वह जिहड़े आ खेतां नूं अग लाउंदे आ तो उस तो भावें उहदे नाल ठीक है मानदे आ भी वातावरण भी खराब हुंदा मनुखी जीवन ते भी फर्क पैंदा लेकिन अपनी मजबूरियां भी किसान दसदा लेकिन इहो जिहे किसान तो एक प्रेरणा भी मिलती है भी जिहड़ी आ पराली नूं अग नहीं लाउणी चाहीदी तां जो मनुखी जिंदगी भी जिहड़ी आ बचाईआं जा सकन ते जिहड़ा वातावरण खराब हुंदा पिआ उहनूं भी खराब होण तों रोकिआ जावे लेकिन इह इक अपील जिहड़ी आ किसान वल्लों सरकारां नूं भी कीती जांदी आ भी सरकारां उह साधन जिहड़े उपलब्ध जरूर करवाउण तां कि छोटे किसान भी उहनां दी वरतों करके अपने खेतां दा जिहड़ा हल हैगा भी उह कर सकन तां कि उहनां नूं भी जिहड़ी पराली साड़न लई मजबूर ना होना पवे तो भी अपनी पराली नूं जिहड़ा खेतां विच दबा के दोबारा वाही जिहड़ी आ वो कर सके। कैमरामैन के नाल सरबजीत सिंह दैनिक सवेरा फिरोजपुर।